ਜਨਮਦਿਨ ਹੋਵੇ ਤੇ ਘਰੇ ਕੇਕ ਨਾ ਆਵੇ, ਇਹ ਕਿੱਦਾਂ ਹੋ ਸਕਦਾ ਹੈ? ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕੇਕ ਕਈ ਵਾਰ ਤੁਹਾਡੀ ਮੌਤ ਦਾ ਕਾਰਨ ਬਣ ਸਕਦਾ ਹੈ? ਦਰਅਸਲ ਇੱਕ ਇਦਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਬੱਚੀ ਦੇ ਜਨਮਦਿਨ ਤੇ ਕੇਕ ਖਾਣ ਨਾਲ ਉਸਦੀ ਮੌਤ ਹੋ ਗਈ। 24 ਮਾਰਚ ਨੂੰ ਪਟਿਆਲਾ ਵਿਖੇ ਰਹਿਣ ਵਾਲੀ ਮਾਨਵੀ ਨਾਮ ਦੀ ਕੁੜੀ ਦਾ ਜਨਮਦਿਨ ਸੀ। ਪਰਿਵਾਰ ਵਾਲਿਆਂ ਨੇ ਇੱਕ ਔਨਲਾਈਨ ਕੇਕ ਆਰਡਰ ਕੀਤਾ। ਸ਼ਾਮ ਦੇ ਕਰੀਬ 7 ਵਜੇ ਮਾਨਵੀ ਵੱਲੋਂ ਆਪਣਾ ਕੇਕ ਕੱਟਿਆ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਮਾਨਵੀ ਨੇ ਵੀ ਕੇਕ ਖਾਧਾ। ਕੇਕ ਖਾਣ ਤੋਂ ਬਾਅਦ ਮਾਨਵੀ ਸੌਣ ਚਲੀ ਗਈ ਅਤੇ ਪਰਿਵਾਰ ਦੇ ਦੂਜੇ ਮੈਂਬਰ ਵੀ ਸਾਂਭ ਸੰਭਾਲ ਕਰਕੇ ਸੌਣ ਲੱਗੇ। ਤੜਕਸਾਰ ਮਾਨਵੀ ਨੇ ਘਰਦਿਆਂ ਤੋਂ ਪਾਣੀ ਮੰਗਿਆ ਅਤੇ ਪਾਣੀ ਪੀਣ ਤੋਂ ਬਾਅਦ ਦੁਬਾਰਾ ਸੌਣ ਚਲੀ ਗਈ। ਕੁਝ ਸਮਾਂ ਬਾਅਦ ਜਦ ਘਰਦਿਆਂ ਨੇ ਦੁਬਾਰਾ ਉਸ ਨੂੰ ਉਠਾਉਣਾ ਚਾਹਿਆ ਤਾਂ ਉਹ ਬੇਹੋਸ਼ ਸੀ। ਘਰ ਵਾਲੇ ਘਬਰਾ ਗਏ ਅਤੇ ਤੁਰੰਤ ਉਸ ਨੂੰ ਹੋਸਪਿਟਲ ਲੈ ਗਏ। ਡਾਕਟਰਾਂ ਨੇ ਚੈੱਕ ਕਰਨ ਤੋਂ ਬਾਅਦ ਮਾਨਵੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਘਰ ਵਾਲਿਆਂ ਨੇ ਦੱਸਿਆ ਕਿ ਪਰਿਵਾਰ ਦੇ 5 ਹੋਰ ਲੋਕਾਂ ਨੇ ਵੀ ਕੇਕ ਖਾਧਾ ਸੀ ਅਤੇ ਉਹ ਵੀ ਬਿਮਾਰ ਹਨ। ਪਰ ਕੇਕ ਵਿੱਚ ਅਜਿਹਾ ਕੀ ਸੀ ਜਿਸ ਨੇ ਮਾਨਵੀ ਦੀ ਜਾਨ ਲੈ ਲਈ? ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ 'ਚ ਡਾਕਟਰ ਪ੍ਰਣਵ ਸ਼੍ਰੀਨਿਵਾਸਨ ਨੇ ਦੱਸਿਆ ਕਿ ਨਕਲੀ ਮਿੱਠਾ ਜਿਵੇਂ ਸੈਕਰੀਨ ਕਈ ਸਾਰੀਆਂ ਪੇਟ ਸੰਬੰਧੀ ਸਮੱਸਿਆਵਾਂ ਨੂੰ ਪੈਦਾ ਕਰਦਾ ਹੈ ਅਤੇ ਪਾਣੀ ਦੀ ਘਾਟ ਨੂੰ ਪੈਦਾ ਹੋਣ ਕਾਰਨ ਖਾਸ ਕਰ ਬੱਚਿਆਂ ਲਈ ਘਾਤਕ ਸਿੱਧ ਹੋ ਸਕਦਾ ਹੈ। ਜਾਂਚਕਰਤਾਵਾਂ ਨੇ ਪਾਇਆ ਕਿ ਅਸਲ 'ਚ ਮੰਗਵਾਏ ਗਏ ਕੇਕ 'ਚ ਸੈਕਰੀਨ ਬਹੁਤ ਜ਼ਿਆਦਾ ਮਾਤਰਾ 'ਚ ਸੀ। ਸੈਕਰੀਨ ਇੱਕ ਆਰਟੀਫਿਸ਼ੀਅਲ ਸਵੀਟਨਰ ਹੈ। ਦੇਸੀ ਭਾਸ਼ਾ ਵਿੱਚ ਕਹਿ ਸਕਦੇ ਹਾਂ ਮਿੱਠਾ ਬਹੁਤ ਜ਼ਿਆਦਾ ਮਾਤਰਾ ਵਿੱਚ ਹੋਣਾ, ਜੋ ਕਿ ਵੱਧ ਮਾਤਰਾ 'ਚ ਲੈਣ 'ਤੇ ਖਤਰਨਾਕ ਅਤੇ ਕਈ ਵਾਰ ਤਾਂ ਜਾਨਲੇਵਾ ਵੀ ਹੋ ਸਕਦਾ ਹੈ, ਜਿਵੇਂ ਮਾਨਵੀ ਦੇ ਕੇਸ ਵਿੱਚ ਹੋਇਆ। ਸੈਕਰੀਨ ਖਾਣ ਤੋਂ ਬਾਅਦ ਉਸਦਾ ਸਵਾਦ ਕੌੜਾ ਜਾਂ ਧਾਤੂ ਹੋ ਸਕਦਾ ਹੈ, ਜਿਸ ਕਾਰਨ ਮਾਨਵੀ ਦੀ ਵੀ ਮੌਤ ਹੋ ਗਈ। ਕੁੜੀ ਦੀ ਮਾਤਾ ਕਾਜਲ ਦੇ ਬਿਆਨ 'ਤੇ ਹੁਣ ਪੁਲਿਸ ਵੱਲੋਂ ਕਾਨਾ ਬੈਕਰੀ ਦੇ ਮਾਲਿਕ ਖਿਲਾਫ ਧਾਰਾ 304A ਅਤੇ ਇੰਡੀਅਨ ਪੀਨਲ ਕੋਡ ਤਹਿਤ 273 ਦਰਜ ਕਰ ਲਈ ਗਈ ਹੈ। ਅਗਲੀ ਵਾਰ ਜਦ ਵੀ ਤੁਸੀਂ ਕੇਕ ਆਰਡਰ ਕਰੋ ਤਾਂ ਬਾਜ਼ਾਰ ਵਿੱਚ ਲੈਣ ਤੋਂ ਪਹਿਲਾਂ ਪੁੱਛ ਲੈਣਾ ਕਿ ਇਸ ਵਿੱਚ ਮਿੱਠੇ ਦੀ ਮਾਤਰਾ ਕਿੰਨੀ ਹੈ, ਤਾਂ ਕਿ ਤੁਹਾਡੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਾ ਹੋ ਸਕੇ। ਇਹ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ? ਇੱਦਾਂ ਦੀ ਹੋਰ ਜਾਣਕਾਰੀਆਂ ਦੇਖਣ ਲਈ ਜੁੜੇ ਰਹੋ ਕ੍ਰਿਸ਼ੀ ਜਾਗਰਣ ਦੇ ਨਾਲ। ਧੰਨਵਾਦ।